ਲੋਕ ਸਭਾ ਦੇ ਵਿੱਚ ਭਾਵੇਂ ਕਿ ਸਾਇਸਤਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਵਾਂਝੇ ਕਰ ਦਿੱਤਾ ਗਿਆ ਹੈ, ਪਰ ਕਈ ਮਿਲੀਅਨ ਵਿਦੇਸ਼ੀ ਭਾਰਤੀਆਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਅਜੇ ਤੱਕ ਨਹੀਂ ਮਿਲ ਸਕਿਆ ਹੈ। ਬੀਤੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਦੀ ਕੇਂਦਰ ਸਰਕਾਰ ਨੂੰ ਹਦਾਇਤ ਸੀ ਕਿ ਇਸ ਬਾਰੇ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਜਾਵੇ, ਪਰ ਅਜੇ ਤੱਕ ਇਸ ਉੱਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ ਹੈ। ਇਸ ਬਾਰੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੁਝ ਇਸ ਤਰ੍ਹਾਂ ਸਫਾਈ ਦਿੱਤੀ ਹੈ। ਦੇਖੋ, ਉਹਦੇ 'ਚ ਕਈ ਟੈਕਨੀਕਲ ਪ੍ਰੋਬਲਮ ਵੀ ਹੈ ਅਤੇ ਆਪਣਾ ਜੋ ਡਿਊਲ ਸਿਟੀਜ਼ਨਸ਼ਿਪ ਦਾ ਕੰਸੈਪਟ ਵਾਜਪੇਈ ਸਾਹਿਬ ਦੇ ਟਾਈਮ ਹੀ ਆਇਆ ਸੀ, ਅਤੇ ਨਾਲ ਕੁਛ ਐਸਾ ਵੀ ਹੁੰਦਾ ਵੀ ਜਦੋਂ ਤੁਸੀਂ ਕਿਸੇ ਨੂੰ ਵੋਟਿੰਗ ਰਾਈਟ ਦਿੰਦੇ ਹੋ ਫਿਰ ਚੋਣ ਲੜਨ ਦਾ ਵੀ ਅਧਿਕਾਰ ਹੁੰਦਾ, ਅਤੇ ਸਿਟੀਜ਼ਨਸ਼ਿਪ ਦਾ ਸਵਾਲ ਹੁੰਦਾ ਵੀ ਦੂਜੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਕੇ ਕੋਈ ਇੱਥੇ ਚੋਣ ਲੜ ਸਕਦਾ ਕਿ ਨਹੀਂ ਲੜ ਸਕਦਾ। ਭਾਰਤੀ ਪਾਸਪੋਰਟ ਹੋਲਡਰਸ ਨੂੰ ਵੀ ਮੈਂ ਕਹਿ ਰਿਹਾ, ਉਹ ਕਿਸੇ ਵੀ ਦੇਸ਼ ਦਾ ਹੋ ਸਕਦਾ, ਜੇ ਭਾਰਤੀ ਪਾਸਪੋਰਟ ਹੋਲਡਰ ਨੂੰ ਹੋਏਗਾ ਤਾਂ ਦੂਜਿਆਂ ਨੂੰ ਵੀ ਹੋਏਗਾ। ਸੋ ਇਹਦੇ 'ਚ ਜ਼ਿਆਦਾ ਮੇਨ ਇਸ਼ੂ ਜਿਹੜਾ ਟੈਕਨੀਕਲ ਆਉਂਦਾ ਸਿਟੀਜ਼ਨਸ਼ਿਪ ਦਾ, ਅਤੇ ਉਹ ਸਾਰੀਆਂ ਗੱਲਾਂ ਸੌਟ ਆਊਟ ਹੋ ਰਹੀਆਂ ਨੇ। ਔਰ ਮੇਰਾ ਖਿਆਲ ਆ ਵੀ ਅੱਜ ਦੀ ਸਰਕਾਰ ਕਿਸੇ ਤਰ੍ਹਾਂ ਵੀ NRI ਨੂੰ ਇਗਨੋਰ ਕਰਨ ਦੇ ਹੱਕ 'ਚ ਨਹੀਂ।